ਫਗਵਾੜਾ ਵਿਖੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਮਹਿਲਾ ਇੱਕ ਏਐਸਆਈ ਸਮੇਤ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਸਫਾਰੀ ਗੱਡੀ ਦੇ ਮਾਲਕ ਤੇ ਸਮਾਜ ਸੇਵੀ ਤਾਰਾ ਚੰਦ ਚੁੰਬਨ ਨੇ ਦੱਸਿਆ ਕਿ ਉਹ ਜਦੋਂ ਆਪਣੀ ਸਫਾਰੀ ਗੱਡੀ ਵਿੱਚ ਲੁਧਿਆਣਾ ਤੋਂ ਫਗਵਾੜਾ ਆ ਰਹੇ ਸਨ ਤੇ ਉਹਨਾਂ ਨਾਲ ਜਲੰਧਰ ਵਿਖੇ ਡਿਊਟੀ ਤੇ ਤੈਨਾਤ ਇੱਕ ਏਐਸਆਈ ਵੀ ਲਿਫਟ ਲੈ ਕੇ ਨਾਲ ਆ ਰਿਹਾ ਸੀ ਤੇ ਜਦੋਂ ਉਹ ਨੈਸ਼ਨਲ ਹਾਈਵੇ ਫਗਵਾੜਾ ਦੇ ਵਿਰਕਾ ਗੇਟ ਕੋਲ ਪਹੁੰਚੇ ਤਾਂ ਦੂਸਰੀ ਸਾਈਡ ਵਾਲੀ ਸਾਈਡ ਤੋਂ ਆ ਰਹੀ ਸਵਿਫਟ ਕਾਰ ਬੇਕਾਬੂ ਹੋ ਕੇ ਉਹਨਾਂ ਦੀ ਗੱਡੀ ਅੱਗੇ ਜਾ ਰਹੀ ਇੱਕ ਹੋਰ ਕਾਰ ਦੇ ਉੱਪਰ ਆ ਕੇ ਪਲਟ ਗਈ। ਜਦਕਿ ਉਹਨਾਂ ਨੇ ਆਪਣੀ ਗੱਡੀ ਅਤੇ ਆਪਣੇ ਆਪ ਨੂੰ ਬਚਾਉਣ ਲਈ ਬ੍ਰੇਕ ਮਾਰੀ ਤਾਂ ਉਹਨਾਂ ਦੀ ਸਫਾਰੀ ਗੱਡੀ ਵੀ ਪਲਟ ਗਈ। ਲੁਧਿਆਣਿਓਂ ਆ ਰਹੇ ਸੀ ਅਤੇ ਏਐਸਆਈ ਮੁੰਡਾ ਦੇ ਨਾਲ ਸੀ। ਜਦੋਂ ਅਸੀਂ ਕੋਈ 50 ਕਦਮਾਂ ਪਿੱਛੇ ਸੀ ਤਾਂ ਜਲੰਧਰੋਂ ਗੱਡੀ ਇੱਕ ਕਾਰ ਆਈ ਆ, ਉਹ ਸਾਡੇ ਦੂਜੇ ਪਾਸੋਂ ਆਣ ਕੇ ਮੋਹਰੇ ਡਿੱਗ ਪਈ ਹੈ। ਉਹ ਇੱਕ ਸਾਡੇ ਮੋਹਰੇ ਗੱਡੀ ਜਾਂਦੀ ਸੀ, ਉਹਦੇ ਉੱਪਰ ਡਿੱਗ ਪਈ। ਉਹਦੇ ਉੱਪਰ ਡਿੱਗ ਪਏ, ਅਸੀਂ ਆਪਣੇ ਵਿਚਾਰ ਦੀ ਖਾਤਰ ਜ਼ੋਰ ਨਾਲ ਬ੍ਰੇਕ ਲਾਈ, ਡਿਵਾਈਡਰ ਨਾਲ ਆ ਕੇ ਮੇਰੀ ਗੱਡੀ ਪਲਟ ਗਈ। ਮੇਰੀ ਗੱਡੀ ਉਹਨਾਂ ਨਾਲ ਟੱਕਰੀ ਹੋਈ, ਨਾ ਕੋਈ ਇੱਧਰ ਨਾ ਉੱਧਰ, ਦੋਨਾਂ ਗੱਡੀਆਂ ਤੱਕ ਜਿਹੜੀ ਜਿਹੜੀ ਗੱਡੀ ਪਲਟੀ ਆ ਗਿਆ, ਮਤਲਬ ਜਲੰਧਰੋਂ ਆ ਰਹੀ ਸੀ, ਆਪਾਂ ਲੁਧਿਆਣੇ ਆ ਰਹੇ ਸੀ, ਲੁਧਿਆਣੇ ਆ ਰਹੇ। ਕੀ ਲੱਗਦਾ ਕਿੰਨੀ ਕੁ ਸਪੀਡ 'ਚ ਲੱਗਦਾ ਹੋਊਗਾ ਗੱਡੀ ਜਿਹੜੀ ਪਲਟ ਕੇ ਆਈ ਆ? ਮੇਰਾ ਖਿਆਲ ਜੇ ਸਾਹਮਣੇ ਏਅਰ ਬੈਗ ਉਹਦੇ ਖੁੱਲ੍ਹੇ ਵਗੈਰਾ ਵੀ ਲੱਗਦਾ ਹੋਵੇਗਾ ਬਹੁਤ ਸਪੀਡ 'ਚ ਹੋਏਗੀ, ਸ਼ਾਇਦ ਹੋ ਸਕਦਾ, ਪਰ ਸਾਨੂੰ ਮਤਲਬ ਕਿੰਨੇ ਕੁ ਜਾਣੇ ਸੀ ਉਹਦੇ ਵਿੱਚ? ਉਸ ਮੇਰੇ ਕੋਲ ਦੋ ਤਿੰਨ ਜਿਹੜੇ ਦੂਜੀ ਗੱਡੀ ਜਿਹਦੇ ਉੱਤੇ ਆਣ ਕੇ ਪਲਟੀ ਆ, ਉਹ ਵੀ ਦੋ ਤਿੰਨ ਜਿਹੜੇ ਬੈਠੇ, ਉਹ ਜ਼ਿਆਦਾ ਨੁਕਸਾਨ ਹੋਇਆ। ਸਾਡੀ ਗੱਡੀ ਉਹਨਾਂ ਨੇ ਟੱਚ ਨਹੀਂ ਹੋਈ, ਅਸੀਂ ਤਾਂ ਉਹਨਾਂ ਨੂੰ ਮੋਹਰੇ ਦੇਖਿਆ ਵੀ ਹੁਣ ਮੋਹਰੇ ਦੋਨੇ ਗੱਡੀਆਂ ਰੁਕੀਆਂ, ਜ਼ੋਰ ਨਾਲ ਬ੍ਰੇਕ ਮਾਰੀ, ਫਿਰ ਡਿਵਾਈਡਰ ਲਾ ਕੇ ਮੇਰੀ ਗੱਡੀ ਪਲਟ ਗਈ। ਤੁਹਾਡੇ ਨਾਲ ਇੱਕ ਮੁਲਾਜ਼ਮ ਲਿਫਟ ਲਈ ਸੀ, ਉਹਨੇ ਸੱਟਾਂ ਵੀ ਲੱਗੀਆਂ ਕਿ? ਉਹਦੀ ਸੱਟਾਂ ਲੱਗੀਆਂ, ਮੇਰੀ ਲੱਗੀਆਂ, ਦੂਜੀਆਂ ਸੱਟਾਂ ਲੱਗੀਆਂ, ਲੇਕਿਨ ਸਾਡਾ ਮਾਰੇ ਨੇ ਬਚਾ ਕੇ। ਉਧਰ ਸਫਾਰੀ ਗੱਡੀ ਵਿੱਚ ਮੌਜੂਦ ਏਐਸਆਈ ਨੇ ਦੱਸਿਆ ਕਿ ਉਹ ਸਫਾਰੀ ਗੱਡੀ ਵਿੱਚ ਲਿਫਟ ਲੈ ਕੇ ਜਲੰਧਰ ਜਾ ਰਿਹਾ ਸੀ ਕਿ ਫਗਵਾੜਾ ਵਿਖੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ। ਲਿਫਟ ਲੈ ਕੇ ਲੁਧਿਆਣੇ ਆਇਆ ਸੀ ਤਾਂ ਜੋ ਇਹ ਫਗਵਾੜੇ ਲਾਗੇ ਪਹੁੰਚੇ ਆ, ਮੂਹਰੇ ਇੱਕ ਗੱਡੀ ਪਲਟ ਕੇ ਦੂਜੀ ਪਾਸੇ ਸੜਕ ਤੋਂ ਇੱਧਰਲੇ ਪਾਸੇ ਡਿੱਗੀ, ਜਲੰਧਰੋਂ ਜਲੰਧਰੋਂ ਜਿਹੜੀ ਗੱਡੀ ਆਉਂਦੀ ਸੀ ਇੱਧਰ ਰੋਡ 'ਤੇ ਆ ਗਈ, ਸਾਡੇ ਜਿਹੜੀ ਮੂਹਰੇ ਗੱਡੀ ਜਾਂਦੀ ਸੀ ਉਹ ਉਹਦੇ ਵਿੱਚ ਲੱਗ ਗਈ ਜਾ ਕੇ, ਤਾਂ ਉਹ ਵਿੱਚ ਲੱਗੀ ਤਾਂ ਇੱਧਰੋਂ ਆਏ ਪਿੱਛੇ ਗੱਡੀ ਸੀ ਸਾਡੀ, ਅਸੀਂ ਬ੍ਰੇਕ ਮਾਰੀ, ਡਿਵਾਈਡਰ ਦੇ ਨਾਲ ਲੱਗ ਕੇ ਲੈ ਗੱਡੀ ਪਲਟ ਗਈ। ਅਤੇ ਜਿਹੜੀ ਗੱਡੀ ਉੱਧਰੋਂ ਆਈ ਸੀ ਕਿੰਨੇ ਜਣੇ ਸਵਾਰ ਸੀ? ਉਹਦੇ ਵਿੱਚ 2 ਜਣੇ ਸਵਾਰ ਸੀ। ਜਿਹੜੀ ਗੱਡੀ 'ਚ ਲੱਗੇ ਜੀ ਉਹਦੇ ਵਿੱਚ ਵੀ 2 ਸਵਾਰ ਸੀ। ਸਾਡੀ ਗੱਡੀ ਕੱਟ ਨਹੀਂ, ਸਾਡੀ ਗੱਡੀ ਆਪਣੀ ਗੱਡੀ ਕਿੱਦਾਂ ਪਲਟ ਗਈ? ਇਹਨਾਂ ਦੀ ਅੰਕੋਂ ਬ੍ਰੇਕ ਲਾਈ ਹੈ, ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਮਤਲਬ ਬਚਾਉਣ ਦੀ ਕੋਸ਼ਿਸ਼ ਕੀਤੀ, ਬਚਾਉਣ ਦੀ ਕੋਸ਼ਿਸ਼, ਮਤਲਬ ਆਪਣੀ ਗੱਡੀ ਪਲਟ ਗਈ। ਹਾਂ ਜੀ, ਡਿਵਾਈਡਰ ਦੇ ਨਾਲ ਲੱਗ ਪਏ। ਆਪਣੀ ਗੱਡੀ 'ਚ ਕਿੰਨੇ ਸੱਟਾਂ ਤਰੀ ਲੱਗੀ? 2 ਜਣੇ ਸੀ ਤਾਂ ਬਸ ਸੱਟ ਜ਼ਿਆਦਾ ਨਹੀਂ, ਤੁਹਾਡੇ ਸੱਟ ਲੱਗ ਗਈ? ਹਾਂ ਜੀ, ਅਤੇ ਨਾਲ ਜਿਹੜੇ ਅੰਕਲ ਉਹਨੇ ਉਹ ਠੀਕ ਆ ਗਿਆ? ਹਾਂ ਠੀਕ ਹੈ। ਹਾਦਸੇ ਦੌਰਾਨ ਹਾਦਸਾਗ੍ਰਸਤ ਹੋਈਆਂ ਦੋਵੇਂ ਗੱਡੀਆਂ ਵਿੱਚ ਸਵਾਰ ਤੇ ਸਕੋਰਪੀਓ ਗੱਡੀ ਵਿੱਚ ਸਵਾਰ ਕੁੱਲ 6 ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸਾਗ੍ਰਸਤ ਗੱਡੀਆਂ ਨੂੰ ਲੋਕਾਂ ਦੀ ਮਦਦ ਨਾਲ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਉਹਨਾਂ ਕਿਹਾ ਕਿ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸਾਨੂੰ ਟੈਲੀਫੋਨ ਗਿਆ ਸੀ ਵੀ ਇੱਦਾਂ ਵੇਰਕਾ ਮੋੜ ਦੇ ਲਾਗੇ ਨਾ GNA ਫੈਕਟਰੀ ਆ ਕੋਈ, ਉਹਦੇ ਲਾਗੇ ਐਕਸੀਡੈਂਟ ਹੋ ਗਿਆ, ਬਹੁਤ ਤਕੜਾ ਜਾਮ ਲੱਗਾ। ਅਸੀਂ ਇੱਥੇ ਮੌਕੇ 'ਤੇ ਪਹੁੰਚੇ, ਪਹੁੰਚ ਕੇ ਦੇਖਿਆ ਕਿ 2 ਗੱਡੀਆਂ ਤਾਂ ਇੱਕ ਦੂਜੀ ਦੇ ਉੱਤੇ ਟਕਰਾਉਣ ਦੇ ਨਾਲ ਨਾ ਜ਼ਿਆਦੀਆਂ ਨਸ਼ਟ ਹੋ ਗਈਆਂ, ਅਤੇ ਜਿਹੜੇ ਸਾਡੇ ਆਉਣ ਤੋਂ ਪਹਿਲਾਂ ਹੀ ਜਿਹੜੇ ਆ ਫਟਣ ਸੀਗੇ ਇੰਜਰ, ਉਹ ਉਹਨਾਂ ਨੂੰ ਹੋਸਪਿਟਲ ਲੈ ਗਏ ਆ। ਉਹਨਾਂ ਬਾਰੇ ਅਜੇ ਕੋਈ ਨਾਵਾਂ ਬਾਰੇ ਕੋਈ ਪੂਰਾ ਕਲੀਅਰ ਨਹੀਂ ਹੋਇਆ। ਇਹ ਗੱਡੀਆਂ ਜਿਹੜੀਆਂ ਹਾਈਵੇ ਦਾ ਰੋਡ ਜਿਹੜਾ ਕਲੀਅਰ ਕਰ ਰਹੇ ਆ, ਕਰੇਨ ਦੇ ਨਾਲ ਗੱਡੀਆਂ ਜਿਹੀਆਂ ਸਾਈਡ 'ਤੇ ਲਾਉਣ ਦੇ, ਉਸ ਤੋਂ ਬਾਅਦ ਜੋ ਵੀ ਹੋਊਗੀ ਕਾਰਵਾਈ ਉਹ ਕੀਤੀ ਜਾਊਗੀ। ਸਰ, ਹਾਦਸੇ ਦਾ ਕਾਰਨ ਕੋਈ ਪਤਾ ਲੱਗਾ ਕਿੱਦਾਂ ਹੋਇਆ? ਅਜੇ ਕੋਈ ਸਾਨੂੰ ਕਲੀਅਰ ਨਹੀਂ ਪਤਾ ਲੱਗਾ, ਉਹ ਜਿਹੜੇ ਬੰਦੇ ਇੰਜਰਡ ਆ ਉਹਨਾਂ ਕੋਲ ਪਤਾ ਲੱਗਣਾ। ਕੋਈ ਨਾਮ ਵਗੈਰਾ ਕਲੀਅਰ ਕਿਸੇ ਦਾ ਹੋਇਆ? ਅਜੇ ਕੋਈ ਨਹੀਂ ਜੀ, ਇੱਥੇ ਸਾਡੇ ਤੋਂ ਪਹਿਲਾਂ ਹੀ ਉਹ ਜਾ ਚੁੱਕੇ ਆ ਹੋਸਪਿਟਲ। ਗੱਡੀਆਂ ਤੁਸੀਂ ਤਿੰਨੇ ਕਬਜ਼ੇ 'ਚ ਲੈ ਲਈਆਂ? ਹਾਂਜੀ, ਤਿੰਨੇ ਗੱਡੀਆਂ। ਅਤੇ ਜਿਹੜੀ ਕੋਈ ਦੱਸਣ 'ਚ ਰਾਹਗੀਰ ਦੱਸਦੇ ਪਏ ਕਿ ਜਲੰਧਰ ਵਾਲੀ ਗੱਡੀ ਆ ਰਹੀ ਸੀ ਉਹਦੇ ਕਰਕੇ ਐਕਸੀਡੈਂਟ ਹੋਇਆ ਵੀ ਉਹ ਜ਼ਿਆਦਾ ਰਫ਼ਤਾਰ ਕਰਕੇ? ਉਹ ਤਾਂ ਹੁਣ ਜਿਹੜਾ ਇੰਜਰਡ ਆ ਜੀ ਉਹ ਬਿਆਨ ਦੇਣਗੇ ਕਿੱਧਰੋਂ ਆਉਂਦਾ ਸੀ ਕਿੱਧਰ ਨਹੀਂ, ਸਾਨੂੰ ਇਹਦੇ ਬਾਰੇ ਮੁੱਖੇ ਦੇ ਆਏ ਹਾਂ, ਗੱਡੀਆਂ ਜਿਹੜੀਆਂ ਉਹੀ ਆਪਦੇ ਥਾਣੇ ਲੈ ਕੇ ਜਾ ਰਹੇ ਹਨ। ਉਧਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਖੇ ਇੱਕ ਮਹਿਲਾ ਤੇ ਇੱਕ ਏਐਸਆਈ ਸਮੇਤ 5 ਲੋਕ ਜ਼ਖਮੀ ਹਾਲਤ ਵਿੱਚ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀ ਖਤਰੇ ਤੋਂ ਬਾਹਰ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤਕਰੀਬਨ 7:30-8 ਦੇ ਕਰੀਬ ਸਾਡੇ ਕੋਲ 4 ਤੋਂ 5 ਪੇਸ਼ੈਂਟ ਇਕੱਠੇ ਆਏ ਨੇ ਐਕਸੀਡੈਂਟ ਦਾ ਕੇਸ ਦੇ ਵਿੱਚ। ਐਕਸੀਡੈਂਟ ਉਹਨਾਂ ਨੇ ਜੋ ਦੱਸਿਆ ਉਹ ਦੱਸਿਆ ਵੀ ਵਿਰਕਾਂ ਦੇ ਲਾਗੇ ਉਹਨਾਂ ਦਾ ਤਕਰੀਬਨ ਐਕਸੀਡੈਂਟ ਹੋਇਆ, ਅਤੇ ਉਹਦੇ ਵਿੱਚ ਇੱਕ ਫੀਮੇਲ ਸੀ ਨਾਲ ਅਤੇ 4 ਮੇਲ ਸੀਗੇ ਜਿਹੜੇ ਵੱਖ ਵੱਖ ਗੱਡੀਆਂ ਦੇ ਵਿੱਚ ਸੀਗੇ।
तो उन्हों का इलाज अच्छे चल रहा है। कुछ दो पेशेंट ने जिन्हों सट्टा थोड़ी है उन्होंने मैनेजमेंट चल रही है, बाकी पेशेंट की हालत स्थिर। कोई पुलिस मुलाजम भी है? कोई आया? हाँ जी, उन्होंने एक पुलिस मुलाजम भी सके, शायद मौके पर ड्यूटी कर रहे थे। उन्होंने बांह से थोड़ी जी सट लगी है, वो उन्होंने भी स्टिचिंग करने तो बाद स्टेबल करके। सीरियस भी है? हाँ जी, एक दी सीरियस वो इन्वेस्टिगेशन चल रही ने, उन्होंने बांह से सट हैगी, उन्होंने हालत थोड़ी सीरीयस हैगी है, तो वो फरदर इन्वेस्टिगेशन तो बाद। टोटल इंजर्ड हो? इंजर्ड ये टोटल साढ़े को पांच पेशेंट ने जोड़े इस वे आए हैं, उन्होंने एक की हालत थोड़ी जी गंभीर है, बाकी स्टेबल। सारे मेल है कि फीमेल भी है? एक फीमेल है। डॉक्टर साहब कारण की है एक्सीडेंट का? कारण एक्सीडेंट का देखो जी, साढ़े को रिपोर्ट तो यही आई है भी चल रही थी गड्डी के, गड्डी वजी है, तो हूँ जो कारण है वो पुलिस पूछताछ तो बाद ही पता लगे की कारण है।